ਰੋਡ ਤੇ ਚੱਲਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਗੱਡੀ ਸੜ ਕੇ ਸਵਾਹ ਹੋ ਗਈ। ਇਸ ਗੱਡੀ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਸਣੇ ਇੱਕ ਬੱਚਾ ਵੀ ਮੌਜੂਦ ਸੀ ਤੇ ਹਾਦਸੇ ਕਾਰਨ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪਰਿਵਾਰ ਦੇ ਜੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਜ਼ਖਮੀ ਅਵਸਥਾ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਦਰਅਸਲ ਇੱਕ ਹੈਵੀ ਵਹੀਕਲ ਆ ਰਿਹਾ ਸੀ ਤੇ ਹੈਵੀ ਵਹੀਕਲ ਤੋਂ ਗੱਡੀ ਨੂੰ ਬਚਾਉਂਦੇ ਹੋਏ ਗੱਡੀ ਡਿਵਾਈਡਰ ਦੇ ਨਾਲ ਜਾ ਟਕਰਾਈ ਜਿਸ ਕਾਰਨ ਗੱਡੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਦੂਜੀ ਗੱਲ ਇਸ ਗੱਡੀ ਦੇ ਅੰਦਰ CNG ਕਿੱਟ ਵੀ ਲੱਗੀ ਹੋਈ ਸੀ ਜਿਸ ਦੇ ਫਟਣ ਦਾ ਖਤਰਾ ਸੀ, ਪਰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਅੱਗ ਤੇ ਮੌਕੇ ਤੇ ਕਾਬੂ ਪਾਇਆ ਗਿਆ ਜਿਸ ਕਾਰਨ CNG ਕਿੱਟ ਨੂੰ ਵੀ ਫਟਣ ਤੋਂ ਬਚਾਇਆ ਗਿਆ। ਦਰਅਸਲ ਖਮਾਣੋ ਚੰਡੀਗੜ੍ਹ ਤੋਂ ਲੁਧਿਆਣਾ ਮਾਰਗ ਤੇ ਚੱਲਦੀ ਗੱਡੀ ਨੂੰ ਇਹ ਅੱਗ ਲੱਗੀ ਹੈ। ਹਾਈਵੇ ਰੋਡ ਤੇ ਇਹ ਵੱਡਾ ਹਾਦਸਾ ਹੋਣੋਂ ਟਲਿਆ। ਦਰਅਸਲ ਇਹ ਹਾਦਸਾ ਖਮਾਣੋ ਚੰਡੀਗੜ੍ਹ ਤੋਂ ਲੁਧਿਆਣਾ ਮਾਰਗ ਤੇ ਵਾਪਰਿਆ ਜਦੋਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਹ ਪਰਿਵਾਰ ਚੰਡੀਗੜ੍ਹ ਤੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਤੇ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇੱਕ ਵਹੀਕਲ ਤੋਂ ਗੱਡੀ ਨੂੰ ਬਚਾਉਂਦੇ ਹੋਏ ਇਹ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਜਿਸ ਕਾਰਨ ਅਚਾਨਕ ਗੱਡੀ ਦੇ ਵਿੱਚ ਅੱਗ ਲੱਗ ਗਈ ਤੇ ਸਾਰੀ ਗੱਡੀ ਸੜ ਕੇ ਸਵਾਹ ਹੋ ਗਈ। ਹਾਂਜੀ, ਤੇ ਉਧਰੋਂ ਇੱਕ ਗੱਡੀ ਆ ਰਹੀ ਸੀ, ਹੈਵੀ ਵਹੀਕਲ ਸੀਗਾ, ਤੇ ਉਹ ਜੋ ਲੱਗਿਆ ਲੱਗਾ ਉਹਦੇ ਬਚਾਉਣ ਕਰਕੇ ਗੱਡੀ ਡਿਵਾਈਡਰ ਨਾਲ ਲੱਗ ਗਈ ਜੀ। ਡਿਵਾਈਡਰ ਤੋਂ ਬਚਾਉਂਦੇ ਬਚਾਉਂਦੇ ਗੱਡੀ ਇੱਧਰ ਖਮਾਣ ਵਾਲੇ ਪੁਲ ਤੋਂ ਨੀਚੇ ਨੂੰ ਹੋ ਗਈ, ਤੋਂ ਵੱਜਣ ਕਰਕੇ ਡਿਵਾਈਡਰ ਤੇ ਉਹਦੇ ਵਿੱਚ ਅੱਗ ਲੱਗ ਗਈ ਜੀ। ਚਲੋ ਬਚਾਅ ਹੋ ਗਿਆ ਜੀ ਸਾਰਾ, ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ? ਨਹੀਂ, ਥੋੜੀਆਂ ਬਹੁਤੀਆਂ ਸੱਟਾਂ ਹੈਗੀਆਂ। ਕਿੱਥੋਂ ਆਏ ਸੀਗੇ? ਮੋਹਾਲੀ ਤੋਂ। ਅੱਛਾ ਜੀ, ਕਿੱਥੇ ਜਾਣਾ ਸੀਗਾ? ਫਿਰੋਜ਼ਪੁਰ ਸ਼ਹਿਰ। ਅੱਛਾ ਜੀ, ਤੇ ਕਿੰਨੇ ਬੰਦੇ ਸੀਗੇ ਜੀ ਵਿੱਚ? 4 ਪਰਸਨ ਸੀ, ਇੱਕ ਬੱਚਾ ਸੀ ਜੀ। ਅੱਛਾ, ਚਲੋ ਸਭ ਦਾ ਬਚਾਅ ਹੋ ਗਿਆ ਜੀ। ਹਾਂਜੀ ਹਾਂਜੀ, ਕੋਈ ਸੱਟਾ ਸੁੱਟ ਤਾਂ ਨਹੀਂ ਲੱਗੀ ਜੀ? ਥੋੜੀ ਬਹੁਤ ਯਾਰ, ਥੋੜੀ ਬਹੁਤ ਹੋਈ। ਠੀਕ ਹੈ। ਅੱਧਾ ਘੰਟਾ ਪਹਿਲਾਂ ਫੋਨ ਆਇਆ ਸੀਗਾ ਜੀ। ਜੀ, ਤੇ ਕਹਿੰਦੇ ਵੀ ਖਵਾਉਣੋਂ ਕਾਰ ਰੋਕ ਲੱਗੀ ਹੈ ਜੀ। ਅੱਛਾ ਜੀ, ਤਾਂ ਅਸੀਂ ਤੁਰੰਤ ਆਪਣੀ ਮਰਾ ਤੋਂ ਫਾਇਰ ਬ੍ਰਿਗੇਡ ਗੱਡੀ ਲੈ ਕੇ ਜੀ। ਮੌਕੇ ਤੇ ਪਹੁੰਚੇ ਤਾਂ ਮੌਕੇ ਤੇ ਇੱਕ ਬੋਰਡ ਸੀ ਤੇ ਵਿੱਚ ਇੱਕ CNG ਕਿੱਟ ਸੀ ਲੱਗੀ ਹੋਈ ਇਹਦੇ। ਜੀ, ਜਿਹਨੂੰ ਆਪਾਂ ਨੇ CNG ਕਿੱਟ ਸੀ ਉਹਨੂੰ ਫਟਣ ਤੋਂ ਬਚਾਇਆ ਜੀ, ਤੇ ਬਾਕੀ ਜੋ ਫੈਮਿਲੀ ਸੀ ਉਹ ਹਸਪੀਟਲ ਵਿੱਚ ਦਾਖਲ ਆ ਜੀ। ਤੇ ਬਚਾ ਰਹਿ ਗਿਆ ਉਹਨਾਂ ਦੇ, ਯਾਨੀ ਮੇਜਰ ਸੱਟਾਂ ਨਹੀਂ ਗਈ, ਬੱਚੇ ਸੀਗੇ ਨਾਲ, ਤੇ ਯਾਨੀ ਅੱਗ ਦੇ ਮੌਕੇ ਤੇ ਕਾਬੂ ਪਾ ਲਿਆ ਜੀ। ਠੀਕ ਹੈ ਜੀ, ਕੋਈ ਨੁਕਸਾਨ ਤਾਂ ਨਹੀਂ ਹੋਇਆ? ਨੁਕਸਾਨ ਤਾਂ ਬਸ ਗੱਡੀ ਜਲ ਗਈ ਜੀ, ਬਾਕੀ ਤਾਂ ਬੱਚੇ ਬੁੱਚੇ ਪਰਿਵਾਰ ਸਾਰਾ ਬਚ ਗਿਆ ਜੀ, ਉਹ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨਾਂ ਦੇ। ਕੀ ਕਾਰਨ ਸੀਗਾ ਅੱਗ ਲੱਗਣ ਦਾ ਜੀ? ਕਾਰਨ ਸੀਗਾ ਜੀ, ਉਹ ਸਾਹਮਣੇ ਡਿਵਾਈਡਰ ਨਾਲ ਗੱਡੀ ਟਕਰਾਈ ਜੀ ਉੱਥੇ। ਅੱਛਾ ਜੀ, ਉਹ ਡਿਵਾਈਡਰ ਨੇ ਟਕਰਾ ਕੇ ਗੱਡੀ ਇੱਧਰ ਫੁੱਟਪਾਥ ਦੇ ਉੱਪਰ ਚੜ੍ਹ ਗਈ ਅੱਗ ਜੀ ਸਾਈਡ ਤੇ। ਜੀ, ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਜੀ ਤੇ ਵਿੱਚ CNG